ਅੱਖਾਂ 'ਚ ਅਥਰੂ ਨੇ ਤੇ ਦਿਲ ਦੇ ਵਿੱਚ ਹੌਂਕੇ ਨੇ। ਰੋ ਰੋ ਕੇ ਮਾਂ ਆਪਣੇ ਆਪ ਨੂੰ ਪੁੱਛ ਰਹੀ ਹੈ, ਮੈਂ ਪੁੱਤ ਕੈਨੇਡਾ ਕਿਉਂ ਭੇਜਿਆ, ਮੈਂ ਭਿਖਾਰਨ ਬਣ ਗਈ। ਪਰਿਵਾਰ ਦਾ ਦੁੱਖ ਡਾਢਾ, ਮਾਂ ਪਿਓ ਦੀ ਸਾਰੀ ਦੁਨੀਆ ਹੀ ਉਜੜ ਗਈ ਹੈ ਜਦੋਂ ਨਵਾਂ ਸਾਲ ਚੜ੍ਹਦੇ ਹੀ ਇਕਲੌਤੇ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਮਿਲੀ। ਕਰਨ ਸਟੱਡੀ ਵੀਜ਼ਾ 'ਤੇ 5 ਸਾਲ ਪਹਿਲਾਂ ਕੈਨੇਡਾ ਗਿਆ, ਜਿੰਨਾ ਹੁਣ 10 ਜਨਵਰੀ ਨੂੰ ਵਾਪਸ ਆਉਣਾ ਸੀ। ਘਰ 'ਚ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਉਸ ਤੋਂ ਪਹਿਲਾਂ ਘਰ ਪਹੁੰਚਦੀ ਹੈ ਇਹ ਮੰਦਭਾਗੀ ਖ਼ਬਰ। ਤਿਆਰੀਆਂ ਕਰੀ ਜਾਂਦੇ ਸੀ, ਅਸੀਂ ਘਰ ਆਏ ਸਜਾਵਾਂਗੇ, ਇੱਕ ਸਾਨੂੰ ਖਬਰ ਆਈ ਮੇਰਾ ਪੁੱਤ ਹੈ ਨੀ, ਸਾਡੇ ਭੁੱਖਿਆਂ ਤੋਂ ਦੇ ਕੇ ਰੱਬ ਨੇ ਖੋਣਿਆ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਪਰਿਵਾਰ ਦਾ ਕਹਿਣਾ, ਮ੍ਰਿਤਕ ਦੀ ਲਈ $42,000 ਯਾਨੀ ਰੁਪਏ ਇੰਡੀਅਨ ਕਰੰਸੀ ਮੰਗੇ ਜਾ ਰਹੇ ਨੇ, ਤਾਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਤੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਇਹਨਾਂ ਦਾ ਬੇਟਾ ਉੱਥੇ ਐਕਸਪਾਇਰ ਹੋ ਗਿਆ ਅਤੇ ਜਿਹਦੀ ਬੋਡੀ ਮੰਗਵਾਉਣ ਵਾਸਤੇ ਉੱਥੇ $42,000 ਜੋ ਇੰਡੀਆ ਦੀ ਕਰੰਸੀ ਹਿਸਾਬ ਨਾਲ ਰੁਪਏ ਮੰਗ ਰਹੇ। ਇੱਕ ਜਿਸ ਤਰ੍ਹਾਂ ਨਾਲ ਮਾਂ ਅਤੇ ਬਾਕੀ ਜਿਹੜਾ ਸਾਰਾ ਪਰਿਵਾਰ ਰੋ ਰਿਹਾ ਆਪਦੇ ਬੱਚੇ ਨੂੰ ਆਖਰੀ ਦੇਖਣ ਵਾਸਤੇ, ਉਹਦੇ ਵਾਸਤੇ ਅਸੀਂ ਰੁਪਏ ਅਸੀਂ ਇਕੱਠਾ ਕਰਕੇ ਦਾਨ ਇਹਨਾਂ ਨੂੰ ਕਰ ਰਹੇ ਹਾਂ ਤਾਂ ਕਿ ਆਪਾਂ ਉਹਦੀ ਬੋਡੀ ਮੰਗਵਾ ਸਕੀਏ। ਇਹੀ ਰਿਕੁਐਸਟ ਹੈ ਬਾਕੀ ਸਾਰਿਆਂ ਨੂੰ, ਪਲੀਜ਼ ਵੱਧ ਤੋਂ ਵੱਧ ਅੱਗੇ ਆ ਕੇ, ₹5,00,000 ਸਾਡੇ ਵੱਲੋਂ ਹੈ ਅਤੇ ਬਾਕੀ ਜਿੰਨੇ ਵੀ ਹੋਰ ਵੱਧ ਤੋਂ ਹੋਰ ਬੰਦੇ ਅੱਗੇ ਆਓ। ਮਾਨ ਸਰਕਾਰ ਨੂੰ ਵੀ ਸਾਡਾ ਮੇਰਾ ਭਾਣਜਾ ਜੀ ਦੀ ਡੈਥ ਹੋ ਗਈ ਕੈਨੇਡਾ ਦੇ ਵਿੱਚ, ਵੀ ਉਹ ਅੱਜ ਉੱਥੇ $42,000 ਰੁਪਈਆ ਮੰਗਦੇ ਪਏ ਆ, ਸਾਡੇ ਕੋਲ ਕੁਛ ਵੀ ਨਹੀਂ, ਵੀ ਸਾਡੀ ਭਾਣਜੇ ਦੀ ਇੱਥੇ ਲਾਸ਼ ਮੰਗਾਈ ਜਾਵੇ। ਬਸ ਸਾਡੀ ਬੇਨਤੀ ਇਹੀ ਹੈ ਵੀ ਅਸੀਂ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ, ਦਾ ਸਾਡੇ ਕੋਲ ਕੋਈ ਬਿਆਨ ਨਹੀਂ ਅੱਜ। ਤਾਂ ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ ਹੈ, ਪਰ ਸਭ ਤੋਂ ਵੱਡਾ ਸਵਾਲ ਹੈ ਕਿ ਨੌਜਵਾਨ ਦੀ ਮੌਤ ਦੀ ਵਜ੍ਹਾ ਕੀ ਹੈ। ਗਿੱਦੜਬਾਹਾ ਤੋਂ ਕੁਲਦੀਪ ਰਿਣੀ, ਨਿਊਜ਼ 18 ਪੰਜਾਬ। ਅੱਖਾਂ 'ਚ ਅਥਰੂ ਨੇ ਤੇ ਦਿਲ ਦੇ ਵਿੱਚ ਹੌਂਕੇ ਨੇ। ਰੋ ਰੋ ਕੇ ਮਾਂ ਆਪਣੇ ਆਪ ਨੂੰ ਪੁੱਛ ਰਹੀ ਹੈ, ਮੈਂ ਪੁੱਤ ਕੈਨੇਡਾ ਕਿਉਂ ਭੇਜਿਆ, ਮੈਂ ਭਿਖਾਰਨ ਬਣ ਗਈ। ਪਰਿਵਾਰ ਦਾ ਦੁੱਖ ਡਾਢਾ ਹੈ, ਮਾਂ ਪਿਓ ਦੀ ਸਾਰੀ ਦੁਨੀਆ ਹੀ ਉਜੜ ਗਈ ਹੈ ਜਦੋਂ ਨਵਾਂ ਸਾਲ ਚੜ੍ਹਦੇ ਹੀ ਇਕਲੌਤੇ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਮਿਲੀ। ਕਰਨ ਸਟੱਡੀ ਵੀਜ਼ਾ 'ਤੇ 5 ਸਾਲ ਪਹਿਲਾਂ ਕੈਨੇਡਾ ਗਿਆ, ਜਿੰਨਾ ਹੁਣ 10 ਜਨਵਰੀ ਨੂੰ ਵਾਪਸ ਆਉਣਾ ਸੀ। ਘਰ 'ਚ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਉਸ ਤੋਂ ਪਹਿਲਾਂ ਘਰ ਪਹੁੰਚਦੀ ਹੈ ਇਹ ਮੰਦਭਾਗੀ ਖ਼ਬਰ। ਤਿਆਰੀਆਂ ਕਰੀ ਜਾਂਦੇ ਸੀ, ਅਸੀਂ ਘਰ ਆਏ ਸਜਾਵਾਂਗੇ, ਇੱਕ ਸਾਨੂੰ ਖਬਰ ਆਈ ਮੇਰਾ ਪੁੱਤ ਹੈ ਨੀ, ਸਾਡੇ ਭੁੱਖਿਆਂ ਤੋਂ ਦੇ ਕੇ ਰੱਬ ਨੇ ਖੋਣਿਆ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਪਰਿਵਾਰ ਦਾ ਕਹਿਣਾ, ਮ੍ਰਿਤਕ ਦੀ ਲਈ $42,000 ਯਾਨੀ ਰੁਪਏ ਇੰਡੀਅਨ ਕਰੰਸੀ ਮੰਗੇ ਜਾ ਰਹੇ ਨੇ, ਤਾਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਤੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਇਹਨਾਂ ਦਾ ਬੇਟਾ ਉੱਥੇ ਐਕਸਪਾਇਰ ਹੋ ਗਿਆ ਅਤੇ ਜਿਹਦੀ ਬੋਡੀ ਮੰਗਵਾਉਣ ਵਾਸਤੇ ਉੱਥੇ $42,000 ਜੋ ਇੰਡੀਆ ਦੀ ਕਰੰਸੀ ਹਿਸਾਬ ਨਾਲ ਰੁਪਏ ਮੰਗ ਰਹੇ। ਇੱਕ ਜਿਸ ਤਰ੍ਹਾਂ ਨਾਲ ਮਾਂ ਅਤੇ ਬਾਕੀ ਜਿਹੜਾ ਸਾਰਾ ਪਰਿਵਾਰ ਰੋ ਰਿਹਾ ਆਪਦੇ ਬੱਚੇ ਨੂੰ ਆਖਰੀ ਦੇਖਣ ਵਾਸਤੇ, ਉਹਦੇ ਵਾਸਤੇ ਅਸੀਂ ਰੁਪਏ ਅਸੀਂ ਇਕੱਠਾ ਕਰਕੇ ਦਾਨ ਇਹਨਾਂ ਨੂੰ ਕਰ ਰਹੇ ਹਾਂ ਤਾਂ ਕਿ ਆਪਾਂ ਉਹਦੀ ਬੋਡੀ ਮੰਗਵਾ ਸਕੀਏ। ਇਹੀ ਰਿਕੁਐਸਟ ਹੈ ਬਾਕੀ ਸਾਰਿਆਂ ਨੂੰ, ਪਲੀਜ਼ ਵੱਧ ਤੋਂ ਵੱਧ ਅੱਗੇ ਆ ਕੇ, ਰੁਪਈਆ ਸਾਡੇ ਵੱਲੋਂ ਹੈ ਅਤੇ ਬਾਕੀ ਜਿੰਨੇ ਵੀ ਹੋਰ ਵੱਧ ਤੋਂ ਹੋਰ ਬੰਦੇ ਅੱਗੇ ਆਓ। ਮਾਨ ਸਰਕਾਰ ਨੂੰ ਵੀ ਸਾਡਾ ਮੇਰਾ ਭਾਣਜਾ ਜੀ ਦੀ ਡੈਥ ਹੋ ਗਈ ਕੈਨੇਡਾ ਦੇ ਵਿੱਚ,
ਵੀ ਉਹ ਅੱਜ ਉੱਥੇ $42,000 ਰੁਪਈਆ ਮੰਗਦੇ ਪਏ ਆ, ਸਾਡੇ ਕੋਲ ਕੁਛ ਵੀ ਨਹੀਂ ਵੀ ਸਾਡੀ ਭਾਣਜੇ ਦੀ ਇੱਥੇ ਲਾਸ਼ ਮੰਗਾਈ ਜਾਵੇ। ਬਸ ਸਾਡੀ ਬੇਨਤੀ ਇਹੀ ਹੈ ਵੀ ਅਸੀਂ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ ਦਾ, ਸਾਡੇ ਕੋਲ ਕੋਈ ਬਿਆਨ ਨਹੀਂ ਅੱਜ। ਤਾਂ ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ ਹੈ, ਪਰ ਸਭ ਤੋਂ ਵੱਡਾ ਸਵਾਲ ਹੈ ਕਿ ਨੌਜਵਾਨ ਦੀ ਮੌਤ ਦੀ ਵਜ੍ਹਾ ਕੀ ਹੈ। ਗਿੱਦੜਬਾਹਾ ਤੋਂ ਕੁਲਦੀਪ ਰਣੀ, ਨਿਊਜ਼ 18 ਪੰਜਾਬ।